ਹੈਲੋ ਗਾਇਜ਼ ਵੈਲਕਮ ਬੈਕ ਅਵਰ YouTube ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤਾਂ ਤੁਹਾਡੇ ਵਾਸਤੇ ਇੱਕ ਨਵੇਂ ਲੈ ਕੇ ਕੁਸਚਨ ਆਏ ਅਸੀਂ ਅ ਇਹਨਾਂ ਕੁਸਚਨ ਦੇ ਵਿੱਚ ਆਪਾਂ ਦੇਖਾਂਗੇ ਵੀ ਜਿਹੜੇ ਸਾਡੇ ਐਗਜ਼ਾਮ ਦੇ ਵਿੱਚ ਆਏ ਹੋਏ ਇੰਡੀਅਨ ਕਨਸਟੀਟਿਊਸ਼ਨ ਦੇ ਨਾਲ ਸੰਬੰਧਿਤ ਕੁਸਚਨ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਚਲੋ ਦੇਰ ਨਾ ਕਰਦੇ ਹੋ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਫਰਸਟ ਕੁਸਚਨ ਹੈ ਹੇਠ ਲਿਖੇ ਵਿੱਚੋਂ ਕਿਹੜਾ ਸੰਘ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ ਹੁਣ ਸਾਨੂੰ ਪਤਾ ਹੈ ਵੀ ਸਾਡੀਆਂ ਤਿੰਨ ਸੂਚੀਆਂ ਨੇਗੀਆਂ ਜਿਨ੍ਹਾਂ ਦਾ ਵਰਣਨ ਕੀਤਾ ਗਿਆ ਸਾਡੇ 7th ਸ਼ੈਡਿਊਲ ਦੇ ਵਿੱਚ ਸੱਤਵੀਂ ਸੂਚੀ ਦੇ ਵਿੱਚ ਤਾਂ ਇਹਨਾਂ ਵਿੱਚੋਂ ਕਿਹੜਾ ਵਿਸ਼ਾ ਸੰਘ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ ਚਲੋ ਇਹ ਕਾਫੀ ਵਧੀਆ ਲੈਵਲ ਦਾ ਕੁਸਚਨ ਹੈ ਹਾਈ ਲੈਵਲ ਦਾ ਕੁਸਚਨ ਹੈ ਇਹ ਸ਼ਾਇਦ ਇਹ ਤੁਹਾਡੇ ਪੇਪਰ ਦੇ ਵਿੱਚ ਮਤਲਬ ਵੰਡੇ ਇਗਜ਼ਾਮ ਜਿਹੜੇ ਹੁੰਦੇ ਉਹਨਾਂ ਚ ਨਾ ਪੁੱਛਿਆ ਜਾਵੇ ਤਾਂ ਕਈ ਵਾਰ ਪੁੱਛ ਵੀ ਜਾਂਦਾ ਹੈ ਹਨਾ ਕਿਹੜਾ ਸੰਘ ਸੂਚੀ ਦਾ ਸ਼ਾਮਲ ਨਹੀਂ ਹੈ ਇਹਦੇ ਵਿੱਚੋਂ ਤਾਂ ਖੇਤੀ ਸਿੰਚਾਈ ਅਤੇ ਸੜਕਾਂ ਯੁੱਧ ਅਤੇ ਸੰਧੀ ਬੈਂਕਿੰਗ ਵਿਦੇਸ਼ੀ ਸਬੰਧ ਹੁਣ ਜਿਹੜੇ ਤਿੰਨ ਟਾਪਿਕ ਨੇ ਯੁੱਧ ਤੇ ਸੰਧੀ ਬੈਂਕਿੰਗ ਜਾਂ ਵਿਦੇਸ਼ੀ ਸਬੰਧ ਇਹ ਸਬੰਧਿਤ ਨੇ ਸੰਗ ਸੂਚੀ ਦੇ ਨਾਲ ਠੀਕ ਹੈ ਤੇ ਜਿਹੜਾ ਖੇਤੀ ਹੈ ਸਿੰਚਾਈ ਤੇ ਸੜਕਾਂ ਇਹ ਹੁੰਦਾ ਹੈ ਰਾਜ ਸੂਚੀ ਦਾ ਵਿਸ਼ਾ ਠੀਕ ਹੈ ਤਾਂ ਅਸੀਂ ਕਹਿ ਸਕਦੇ ਹਾਂ ਵੀ ਆਨਸਰ ਜਿਹੜਾ ਬਣੂਗਾ ਜੋ ਬਣੂਗਾ ਫਸਟ ਆਨਸਰ ਦੂਸਰਾ ਕੁਸਚਨ ਦੇਖਦੇ ਹਾਂ ਸੰਵਿਧਾਨ ਦੇ ਹੇਠ ਲਿਖੇ ਉਪਬੰਧਾ ਵਿੱਚੋਂ ਭਾਰਤੀ ਸੰਸਦ ਨੂੰ ਨਵਾਂ ਰਾਜ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਇਹ ਕਹਤਾ ਕਿਹੜੇ ਆਰਟੀਕਲ 1 ਆਰਟੀਕਲ 2 ਆਰਟੀਕਲ 3 ਆਰਟੀਕਲ 4 ਤੇ ਆਰਟੀਕਲ 5 ਤਾਂ ਸਾਨੂੰ ਪਤਾ ਹੈ ਵੀ ਇਹ ਆਰਟੀਕਲ ਨੰਬਰ 1 ਤੋਂ ਲੈ ਕੇ 4 ਤੱਕ ਨੇ ਇਹ ਸੰਘ ਅਤੇ ਉਸ ਦੇ ਰਾਜ ਖੇਤਰਾਂ ਦੇ ਨਾਲ ਸੰਬੰਧਿਤ ਨੇ ਜਿਦੇ ਵਿੱਚ ਸੰਸਦ ਨੂੰ ਸੰਵਿਧਾਨ ਦੇ ਤਹਿਤ ਕੁਝ ਰਾਜ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਆਪਣੇ ਬਹੁਤ ਸਾਰੇ ਅਧਿਕਾਰ ਇਸ ਤਰ੍ਹਾਂ ਦੇ ਨੇ ਵੀ ਹੋਰ ਰਾਜਾਂ ਨੂੰ ਆਪਣੇ ਅੰਦਰ ਸ਼ਾਮਿਲ ਵੀ ਕਰ ਸਕਦੀ ਹੈ ਬਾਹਰੋਂ ਵੀ ਸ਼ਾਮਿਲ ਕਰ ਸਕਦੀ ਹੈ ਠੀਕ ਹੈ ਜਿਵੇਂ ਮੈਂ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਹੈਗਾ ਵੀ ਫਰਾਂਸ ਤੋਂ ਅਸੀਂ ਪੋਡੋਚਰੀ ਵਗੈਰਾ ਅਸੀਂ ਉਦਾਹਰਨ ਮਤਲਬ ਲਈ ਸੀ ਅਸੀਂ ਤੇ ਗੋਆ ਨੂੰ ਅਸੀਂ ਪੁਰਤਗਾਲ ਤੋਂ ਅਸੀਂ ਜਿਹੜਾ ਸੀ ਉਹ ਹਾਇਰ ਕੀਤਾ ਸੀਗਾ ਤਾਂ ਇਹ ਅਕੋਰਡਿੰਗ ਅਨਸਰ ਜਿਹੜਾ ਬੰਦਾ ਉਹ ਨਵੇਂ ਰਾਜ ਦਾ ਅਧਿਕਾਰ ਦਿੰਦਾ ਹੈ ਕਿ ਆਰਟੀਕਲ ਨੰਬਰ 3 ਦੇ ਅਨਸਾਰ ਆਰਟੀਕਲ 3 ਦੇ ਅਨਸਾਰ ਜਿਹੜੀ ਸੰਸਦ ਹੈ ਉਹ ਭਾਰਤ ਦੇ ਵਿੱਚ ਖੰਵੇ ਰਾਜ ਨੂੰ ਸਟੈਬਲਿਸ਼ ਕਰ ਸਕਦੀ ਹੈ ਨਵੇਂ ਰਾਜ ਨੂੰ ਬਣਾ ਸਕਦੀ ਹੈ ਅਗਲਾ ਕੁਸਚਨ ਦੇਖਦੇ ਹਾਂ ਜੀ 3 ਨੰਬਰ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਇਹ ਕੋਸ਼ਿਸ਼ ਨਾ ਕਰਦੀ ਹੈ ਕਿ ਭਾਰਤ ਜੋ ਕਿ ਭਾਰਤ ਹੈ ਰਾਜਾਂ ਦਾ ਇੱਕ ਸੰਘ ਹੋਵੇਗਾ ਠੀਕ ਹੈ ਤਾਂ ਆਰਟੀਕਲ ਨੰਬਰ 1 2 3 ਜਾਂ 4 ਤਾਂ ਆਰਟੀਕਲ ਨੰਬਰ 1 ਕਹਿੰਦਾ ਹੈ ਕਿ ਭਾਰਤ ਇੱਕ ਰਾਜਾਂ ਦਾ ਸੰਘ ਹੈ ਜਿਦੀ ਤਹਤ ਰਾਜਾਂ ਦਾ ਗਠਨ ਕੀਤਾ ਗਿਆ 28 ਰਾਜ ਹੋਣਗੇ ਸਾਡੇ ਤੇ ਸਾਡੇ 8 ਜਿਹੜੇ ਯੂਟੀ ਹੋਣਗੇ ਠੀਕ ਹੈ ਟਾਈਮ ਟੂ ਟਾਈਮ ਜਿਹੜੀ ਸਾਡੀ ਸੰਸਦ ਹੈ ਉਹ ਰਾਜਾਂ ਨੂੰ ਬਣਾ ਵੀ ਸਕਦੀ ਹੈ ਨਵੇਂ ਤੇ ਉਹਨਾਂ ਨੂੰ ਤੋੜ ਕੇ ਨਵੇਂ ਬਣਾ ਸਕਦੀ ਹੈ ਤੇ ਦੋ ਰਾਜਾਂ ਨੂੰ ਇੱਕ ਵੀ ਕਰ ਸਕਦੀ ਹੈਗੀ ਤੇ ਇਹਦਾ ਆਰਟੀਕਲ ਨੰਬਰ 1 ਅਨਸਰ ਆਉਂਦਾ ਹੈ ਨੈਕਸਟ ਕੁਸਚਨ ਹੈ ਭਾਰਤ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ ਕੀ ਕੋਸ਼ਿਸ਼ ਕਰਦੀ ਹੈ ਰਾਜਾਂ ਦਾ ਸੰਗ ਇੱਕ ਸੰਗੀ ਰਾਜ ਇਕਾਤਮਕ ਰਾਜ ਜਾਂ ਇੱਕ ਰਿਪਬਲਿਕਨ ਰਾਜ ਸਾਨੂੰ ਪਤਾ ਹੈ ਕਿ ਭਾਰਤ ਇੱਕ ਯੂਨੀਅਨ ਆਫ ਸਟੇਟ ਹੈ ਮਤਲਬ ਭਾਰਤਿਕ ਰਾਜਾਂ ਦਾ ਸੰਘ ਹੈ ਤਾਂ ਇਹ ਅਕੋਰਡਿੰਗ ਇਹਦਾ ਆਨਸਰ ਬਣ ਰਿਹਾ ਉਹ ਬਣ ਰਿਹਾ ਹਾਂ ਦਾ ਫਸਟ ਆਨਸਰ ਲੇਖ ਕੋਸਨ ਦੇਖਦੇ ਆ 5th ਨੰਬਰ ਕੁਸਚਨ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਸੰਸਦ ਨੂੰ ਨਾਗਰਿਕਤਾ ਦੇ ਅਧਿਕਾਰ ਨੂੰ ਨਿਯਮਿਤ ਕਰਨ ਦਾ ਅਧਿਕਾਰ ਪ੍ਰਦਾਨ ਕਰਦੀ ਹੈ ਇੱਥੇ ਇਹਦਾ ਮਤਲਬ ਕੀ ਹੈ ਕਿ ਸੰਸਦ ਨੂੰ ਨਾਗਰਿਕਤਾ ਦਾ ਸੰਸਦ ਜਿਹੜੀ ਹੈ ਸਾਡੀ ਨਾਗਰਿਕਾ ਸੰਬੰਧੀ ਅਧਿਕਾਰ ਜਿਹੜੋ ਬਣਾ ਸਕਦੀ ਹੈ ਜਿਵੇਂ ਤੁਹਾਨੂੰ ਪਤਾ ਵੀ ਲੇਟੈਸਟ ਜਿਹੜਾ ਸੀ ਏ ਬਣਾਇਆ ਗਿਆ ਸਿਟੀਨਸਿਟ ਕਮੈਂਡਮੈਂਟ ਐਕਟ ਕੀਤੀ ਗਈ ਹੈ ਹਨ ਤੇ ਇਦੇ ਤਹਿਤ ਜਿਹੜੀ ਸਾਡੀ ਸੰਸਦ ਹੈ ਉਹ ਨਾਗਰਿਕਤਾ ਸੰਬੰਧੀ ਕੁਝ ਵੀ ਅਧਿਕਾਰ ਬਣਾ ਸਕਦੀ ਹੈ ਤਾਂ ਉਹਦਾ ਆਰਟੀਕਲ ਨੰਬਰ 8 9 10 ਜਾਂ 11 ਦੇ ਵਿੱਚ ਵਰਣਨ ਕੀਤਾ ਗਿਆ ਕਿਹੜੇ ਚ ਕੀਤਾ ਗਿਆ ਤਾਂ ਉਹਦਾ ਵਰਣਨ ਕੀਤਾ ਗਿਆ ਜੀ ਆਰਟੀਕਲ ਨੰਬਰ 11 ਦੇ ਵਿੱਚ ਆਰਟੀਕਲ ਨੰਬਰ 11 ਸਾਡੀ ਸੰਸਦ ਨੂੰ ਇਹ ਅਧਿਕਾਰ ਦਿੰਦਾ ਹੈ ਵੀ ਉਹ ਨਾਗਰਿਕਤਾ ਸੰਬੰਧੀ ਕੋਈ ਵੀ ਅਧਿਕਾਰ ਜਿਹੜਾ ਉਹ ਬਣਾ ਸਕਦੀ ਹੈ ਜਾਂ ਕੋਈ ਵੀ ਰੂਲ ਜਿਹੜਾ ਉਹ ਬਣਾ ਸਕਦੀ ਹੈ ਕਾਫੀ ਇੰਪੋਰਟੈਂਟ ਕੁਸਚਨ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਵਰਤੇ ਗਏ ਸਮਾਜਵਾਦ ਸ਼ਬਦ ਨੂੰ ਇਹ ਲਿਖਿਆਵਾਂ ਵਿੱਚੋਂ ਕਿਹੜੀ ਧਰਾਵਾਂ ਦੇ ਨਾਲ ਪੜ ਕੇ ਸੁਪਰੀਮ ਕੋਰਟ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਮੌਲਿਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ ਠੀਕ ਹੈ ਮਤਲਬ ਇੰਨੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਠੀਕ ਹੈ ਤੇ ਉਹਦੇ ਵਿੱਚ ਕਿਹੜੇ-ਕਿਹੜੇ ਅਧਿਕਾਰਾਂ ਨੂੰ ਨੇ ਇਕੱਠੇ ਪੜਿਆ ਸੀਗਾ ਇਕੱਠੇ ਉਹਨਾਂ ਨੇ ਸ਼ਾਮਲ ਕੀਤਾ ਸੀ ਇਹਦੇ ਵਿੱਚ ਤਾਂ ਆਰਟੀਕਲ 14 ਆਰਟੀਕਲ 14 15 ਆਰਟੀਕਲ 14 15 ਦੇ 16 ਨੂੰ ਆਰਟੀਕਲ 14 ਤੇ 16 ਨੂੰ ਤਾਂ ਇਹ ਅਕੋਰਡਿੰਗ ਇਹਦਾ ਆਨਸਰ ਬਣੂਗਾ ਜੀ ਬਣੂਗਾ ਆਰਟੀਕਲ ਨ ਤੇ ਆਰਟੀਕਲ ਨੰਬਰ 16 ਸਾਨੂੰ ਕੀ ਕਹਿੰਦਾ ਅਫਸਰ ਦੀ ਸਮਾਨਤਾ ਦਿੰਦਾ ਠੀਕ ਹੈ ਨੌਕਰੀ ਦੇ ਤੁਹਾਨੂੰ ਸਮਾਨਤਾ ਦਿੰਦਾ ਤਾਂ ਇਸ ਦੋਨੇ ਆਰਟੀਕਲਸ ਨੂੰ ਜੋੜ ਕੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਜਿਹਦੇ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਦਾ ਮੂਲਿਕ ਅਧਿਕਾਰ ਜਿਹੜਾ ਉਹਨਾਂ ਪ੍ਰਵਾਸ਼ਿਤ ਕਰਨ ਦੀ ਜਿਹੜੀ ਸੋਸ਼ਕਤੀ ਪ੍ਰਦਾਨ ਕੀਤੀ ਗਈ ਸੀ ਤਾਂ ਇਹ ਅਕੋਰਡਿੰਗ ਅਨਸਰ ਬਣਦਾ ਹੈ ਸਾਡਾ 4th ਅਨਸਰ 7 ਨੰਬਰਸ ਦੇਖਦੇ ਭਾਰਤੀ ਸੰਵਿਧਾਨ ਵਿੱਚ ਚੂਹਾਛਾਤ ਦੇ ਖਾਤਮੇ ਦਾ ਸੰਵਿਧਿਕ ਲੇਖ ਹੈ ਜਾਂ ਇਹਨੂੰ ਅਸੀਂ ਕਹਾਂਗੇ ਇੱਕ ਅਨੁਸ਼ੇਦ ਹੈ ਤਾਂ ਅਨੁਸ਼ੇਦ ਨੰਬਰ ਕਿੰਨਾ ਹੈ ਜੀ 15 16 17 ਤੇ 18 ਤਾਂ ਇਹ ਨੰਬਰ ਆਊਗਾ ਦਾ ਅਨੁਛੇਦ ਨੰਬਰ 17 ਅਨੁਛੇਦ ਨੰਬਰ 17 ਦੇ ਅਨੁਸਾਰ ਸਾਡੇ ਸੰਵਿਧਾਨ ਦੇ ਵਿੱਚੋਂ ਅੰਟਚੇਬਿਲਟੀ ਨੂੰ ਖਤਮ ਕੀਤਾ ਗਿਆ ਛੂਹ-ਛਾਤ ਨੂੰ ਖਤਮ ਕੀਤਾ ਗਿਆ ਅਸੀਂ ਕਿਸੇ ਵਿਅਕਤੀ ਨਾਲ ਜਾਤੀ ਅਧਾਰ ਤੇ ਛੂਹ-ਛਾਤ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ ਸੰਵਿਧਾਨ ਦਾ ਆਰਟੀਕਲ 17 ਕਿਸ ਦੇ ਨਾਲ ਸੰਬੰਧਿਤ ਹੈ ਸਿੱਖਿਆ ਨਾਲ ਸਿਹਤ ਨਾਲ ਛੂਹ-ਛਾਤ ਦੇ ਖਾਤਮੇ ਨਾਲ ਜਾਂ ਖਾਸ ਸੁਰੱਖਿਆ ਦੇ ਨਾਲ ਤਾਂ ਹੀ ਛੂਹ-ਛਾਤ ਦੇ ਖਾਤਮੇ ਦੇ ਨਾਲ ਸੰਬੰਧਿਤ ਹੈ ਨੋਵਾ ਨੰਬਰ ਕੁਐਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦੀ ਹੇਲ ਨਿਯਤਰਾਵਾਂ ਵਿੱਚੋਂ ਕਿਹੜੀ ਇੱਕ ਵਿਧਾਨਕ ਸ਼ਕਤੀ ਉੱਤੇ ਪੂਰਨ ਨਿਯੰਤਰਣ ਦੀ ਵਰਤੋਂ ਕਰਦੀ ਮਤਲਬ ਵਿਧਾਨਕ ਸ਼ਕਤੀ ਉਤੇ ਪੂਰਨ ਨਿਯੰਤਰਣ ਦੀ ਵਰਤੋਂ ਕਰਦੀ ਆਰਟੀਕਲ 14 15 16 ਤੇ 17 ਹੁਣ ਤੁਹਾਨੂੰ ਪਤਾ ਹੈ ਵੀ ਆਰਟੀਕਲ ਨੰਬਰ 14 ਹੈਗਾ ਇਹਦੇ ਅਕੋਰਡਿੰਗ ਅਨਸਰ ਆਊਗਾ ਜੀ ਫਸਟ ਇਹਦਾ 14 ਨੰਬਰ ਆਰਟੀਕਲ 14 ਦੇ ਅਨੁਸਾਰ ਅਸੀਂ ਸਾਰੇ ਲੋਕ ਸਾਰੇ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਹੈ ਕਿਸੇ ਵੀ ਵਿਅਕਤੀ ਨਾਲ ਕਾਨੂੰਨ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਊਗਾ ਠੀਕ ਹੈ ਕਾਨੂੰਨ ਦੀ ਨਜ਼ਰ ਚਾਹੇ ਉਹ ਰਾਸ਼ਟਰਪਤੀ ਹੈ ਚਾਹੇ ਉਹ ਭਾਵੇਂ ਸਾਡੇ ਰਾਸ਼ਟਰਪਤੀ ਨੂੰ ਆਰਟੀਕਲ ਨੰਬਰ 361 ਤੇ ਇਹ ਪ੍ਰੈਜ਼ੀਡੈਂਟ ਨੂੰ ਤੇ ਸਾਡੇ ਗਵਰਨਰ ਨੂੰ ਇਹਨਾਂ ਦੋ ਬੰਦਿਆਂ ਨੂੰ ਛੋਟ ਮਿਲੀ ਹੋਈ ਹੈ ਸਪੈਸ਼ਲ ਮਿਲੀ ਹੋਈ ਇੱਕ ਉਹ ਜਦੋਂ ਆਪਾਂ ਕਲਾਸ ਵਿੱਚ ਡਿਸਕਸ ਕਰਾਂਗੇ ਜਾਂ ਤੁਸੀਂ ਮੇਰੀ ਪੁਰਾਣੀ ਵੀਡੀਓ ਦੇਖ ਸਕਦੇ ਹੋ ਇੱਕ ਆ ਰਾਸ਼ਟਰਪਤੀ ਨਾਲ ਰਿਲੇਟਡ ਤਿੰਨ ਵੀਡੀਓਜ਼ ਲਾਈਆਂ ਤਾਂ ਤਿੰਨ ਵੀਡੀਓਜ਼ ਦੇ ਵਿੱਚ ਬੈਠ ਪੂਰਾ ਡਿਟੇਲ ਦੇ ਵਿੱਚ ਰਾਸ਼ਟਰਪਤੀ ਬਾਰੇ ਦੱਸਿਆ ਹੋਇਆ ਇਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਆਰਟੀਕਲ ਨੰਬਰ 10 ਕੀ ਹੈ ਸੌਰੀ ਕੁਐਸਚਨ ਨੰਬਰ 10 ਕੀ ਕਹਿੰਦਾ ਆਰਟੀਕਲ ਬਾਰੇ ਲਿਖਿਆ ਹੈ ਤਾਂ ਧਾਰਾ 21 ਵਿੱਚ ਕਿਹੜੇ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਆਰਟੀਕਲ ਨੰਬਰ 21 ਹਟਾ ਤਾਂ ਸੰਪਤੀ ਦਾ ਅਧਿਕਾਰ ਹੈ ਜੀਵਨ ਅਤੇ ਨਿੱਜੀ ਅਜ਼ਾਦੀ ਦਾ ਜਗ੍ਹਾ ਆ ਰਿਹਾ ਹੈ ਜਾਂ ਫਿਰ ਧਾਰਮਿਕ ਅਜ਼ਾਦੀ ਦਾ ਅਧਿਕਾਰ ਤਾਂ ਜਿਹੜਾ ਆਟੀ ਇਹਦਾ ਆਨਸਰ ਆਊਗਾ ਜੀ 3 ਨੰਬਰ ਇਹਦੇ ਵਿੱਚ ਕੀਤਾ ਗਿਆ ਸਾਡੀ ਲਾਈਫ ਐਂਡ ਪਰਸਨਲ ਲਿਬਰਟੀ ਅਧਿਕਾਰ ਦਿੱਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਅਧਿਕਾਰ ਸ਼ਾਮਿਲ ਕੀਤੇ ਜਾਂਦੇ ਨੇ ਤਾਂ ਆਰਟੀਕਲ ਨੰਬਰ 21 ਜਿਹੜਾ ਕਾਫੀ ਇੰਪੋਰਟੈਂਟ ਆਰਟੀਕਲ ਹੈ ਇਹ 11 ਨੰਬਰ 8 ਕੁਸ਼ਨ ਦੇਖਦੇ ਅਸੀਂ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਕਿਸੇ ਵਿਅਕਤੀ ਦੇ ਵਿਦੇਸ਼ ਜਾਣ ਦੇ ਅਧਿਕਾਰ ਨੂੰ ਰੱਖਿਆ ਕਰਦੀ ਹੈ ਸੁਰੱਖਿਅਤ ਕਰਦੀ ਹੈ ਆਰਟੀਕਲ ਨੰਬਰ 14 ਆਰਟੀਕਲ 19 ਆਰਟੀਕਲ 21 ਜਾਂ ਇਹਨਾਂ ਵਿੱਚ ਕੋਈ ਨਹੀਂ ਤਾਂ ਯੂਪੀ ਪੀਸੀਐਸ ਦਾ ਕੁਐਸਚਨ ਹੈ ਇਹ ਤਾਂ ਆਰਟੀਕਲ ਨੰਬਰ 21 ਦੇ ਅਕੋਰਡਿੰਗ ਤੁਹਾਨੂੰ ਵਿਦੇਸ਼ ਜਾਣ ਦਾ ਅਧਿਕਾਰ ਹੀ ਮਿਲਦਾ ਜਿਹਦੇ ਤਹਤ ਤੁਹਾਨੂੰ ਦੱਸਿਆ ਵੀ ਆਰਟੀਕਲ ਨੰਬਰ 21 ਦੇ ਤਹਿਤ ਤੁਹਾਨੂੰ ਬਹੁਤ ਸਾਰੇ ਅਧਿਕਾਰ ਜਿਹੜੇ ਸਾਡੇ ਸੰਵਿਧਾਨ ਨੇ ਪ੍ਰਦਾਨ ਕੀਤੇ ਹੋਏ ਨੇ 12 ਨੰਬਰ ਕੁਐਸਚਨ ਦੇਖਦੇ ਆਂ ਭਾਰਤੀ ਸੰਵਿਧਾਨ ਦੀ ਆਰਟੀਕਲ 15 ਜਿਹੜਾ ਸਬੰਧਿਤ ਹੈ ਕਿਹਦੇ ਨਾਲ ਹੈ ਸਮਾਨਤਾ ਦੇ ਅਧਿਕਾਰ ਨਾਲ ਸੰਪਤੀ ਦੇ ਅਧਿਕਾਰ ਨਾਲ ਧਰਮ ਦੀ ਆਜ਼ਾਦੀ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਨਾਲ ਤਾਂ ਸਾਨੂੰ ਇਹਦਾ ਅਧਿਕਾਰ ਮਿਲਿਆ ਹੋਇਆ ਸਾਨੂੰ ਇਹ ਜੀਤੇ ਤਾਂ ਆਰਟੀਕਲ ਨੰਬਰ 15 ਦੇ ਤਹਿਤ ਕਿਸੇ ਵੀ ਵਿਅਕਤੀ ਨਾਲ ਲਿੰਗ ਜਾਤੀ ਧਰਮ ਨਸਲ ਸਥਾਨ ਦੇ ਆਧਾਰ ਤੇ ਵਿਤਕਰਾ ਨਹੀਂ ਕਰ ਸਕਦੇ ਹੈ ਠੀਕ ਹੈ ਤਾਂ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ ਆਰਟੀਕਲ ਨੰਬਰ 15 ਜਿਹੜਾ ਹੈਗਾ ਮਤਲਬ ਸੋਸ਼ਲ ਸਮਾਨਤਾ ਲਿਆਉਣ ਦੀ ਗੱਲ ਕਰਦਾ ਹੈ ਸਮਾਜਿਕ ਸਮਾਨਤਾ ਲਿਆਉਣ ਦੀ ਗੱਲ ਕਰਦਾ ਹੈ ਇਹ ਨੈਕਸਟ ਕੁਸਚਨ ਦੇਖਦੇ ਹਾਂ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਸਿੱਖਾਂ ਦੁਆਰਾ ਕਿਰਪਾਨ ਬਹਿਨ ਨੂੰ ਆ ਧਾਰਮਿਕ ਜਾਤੀ ਦਾ ਹਿੱਸਾ ਮੰਨਿਆ ਗਿਆ ਤਾਂ ਆਰਟੀਕਲ 24 25 26 ਜਾਂ ਫਿਰ 27 ਦੇ ਅਨੁਸਾਰ ਸਾਨੂੰ ਪਤਾ ਹੈ ਵੀ ਆਰਟੀਕਲ 25 ਤੋਂ ਲੈ ਕੇ 28 ਤੱਕ ਸਾਨੂੰ ਧਾਰਮਿਕ ਸੁਤੰਤਰਤਾ ਮਿਲਦੀ ਹੈ ਇਸੇ ਧਾਰਮਿਕ ਸੁਤੰਤਰਤਾ ਦੇ ਤਹਿਤ ਹੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਜਣਾ ਮਿਲਿਆ ਹੋਇਆ ਹੈ ਤਾਂ ਆਰਟੀਕਲ ਨੰਬਰ 25 ਦੇ ਅਨਸਾਰ ਮਿਲਿਆ ਹੋਇਆ ਹੈ 13 ਨੰਬਰ ਆਰਟੀਕਲ ਦੇ ਵਿੱਚ 14 ਨੰਬਰ ਕੁਸਚਨ ਕੀ ਕਹਿੰਦਾ ਹੈ ਭਾਰਤੀ ਸੰਵਿਧਾਨ ਨੇ ਕਿਹੜੀ ਤਰ੍ਹਾਂ ਇਹ ਵਿਵਸਥਾ ਕਰਦਾ ਹੈ ਕਿ ਕਿਸੇ ਅਪਰਾਧ ਦੇ ਦੋਸ਼ੀ ਨੂੰ ਆਪਣੇ ਵਿਰੁੱਧ ਗਵਾਹ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤਾਂ ਆਰਟੀਕਲ ਨੰਬਰ 20 21 22 ਜਾਂ ਫਿਰ ਆਰਟੀਕਲ ਨੰਬਰ 76 ਤਾਂ ਸਾਨੂੰ ਪਤਾ ਵੀ ਆਰਟੀਕਲ ਨੰਬਰ ਜਿਹੜਾ 20 ਹੈ 20 ਦੇ ਤਹਿਤ ਸਾਨੂੰ ਤਿੰ ਜਿਹੜੀ ਇਹ ਅ ਅਧਿਕਾਰ ਮਿਲਦੇ ਨੇ ਇਹਦੇ ਵਿੱਚ ਇੱਕ ਤਾਂ ਵੀ ਜਿਹੜੇ ਕਾਨੂੰਨ ਦੇ ਅਨੁਸਾਰ ਮਤਲਬ ਜਿਹੜਾ ਮੌਜੂਦਾ ਕਾਨੂੰਨ ਦਾ ਸਾਨੂੰ ਉਸੇ ਅਨੁਸਾਰ ਸਜ਼ਾ ਮਿਲੇ ਨਮਕਨੂੰ ਬਣਾ ਕੇ ਸਾਨੂੰ ਸਜ਼ਾ ਨਹੀਂ ਦਿੱਤੀ ਆ ਸਕਦੀ ਸੈਕੰਡ ਹੈ ਵੀ ਇੱਕ ਵਿਅਕਤੀ ਨੂੰ ਦੋਹਰੀ ਸਜ਼ਾ ਨਹੀਂ ਮਿਲ ਸਕਦੀ ਤੇ ਤੀਸਰਾ ਇਹਦੇ ਵਿੱਚ ਹੈ ਵੀ ਕਿਸੇ ਵਿਅਕਤੀ ਨੂੰ ਆਪਣੇ ਖਿਲਾਫ ਗਵਾਹ ਬਣਨ ਦੇ ਲਈ ਮਜਬੂਰ ਕੀਤਾ ਨਹੀਂ ਜਾ ਸਕਦਾ ਤਾਂ ਇਹਦਾ ਹੋਊਗਾ ਜਵਾਬ 21 ਅਨਸਰ ਕਵੈਸਚਨ ਨੰਬਰ 15 ਕਹਿੰਦਾ ਹੈ ਕਿਸੇ ਵਿਅਕਤੀ ਦੇ ਇੱਕੋ ਅਪਰਾਧ ਲਈ ਇੱਕ ਵਾਰ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਾਂ ਉੱਪਰ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਸਜ਼ਾ ਨਹੀਂ ਦਿੱਤੀ ਜਾਵੇਗੀ ਅਪਰਾਧ ਲਈ ਦੋਸ਼ੀ ઠਰਨ ਬਾਰੇ ਉਪਰੋਕਤ ਸੁਰੱਖਿਆ ਕਿਸ ਤਰ੍ਹਾਂ ਤਹਿ ਦਿੱਤੀ ਗਈ ਆਰਟੀਕਲ 19 21 ਦੇ 22 ਆਪਾਂ ਲਾਸਟ ਕਵੈਸਚਨ ਦੀ ਗੱਲ ਕਰ ਚੁੱਕੇ ਹਾਂ ਵੀ ਆਰਟੀਕਲ ਨੰਬਰ 20 ਤੁਹਾਨੂੰ ਇੱਕ ਵਾਰ ਦੀ ਦੁਬਾਰਾ ਸਜ਼ਾ ਨਹੀਂ ਦੇਵੇਗਾ ਜਾਂ ਤੁਹਾਨੂੰ ਦੁਬਾਰਾ ਸਜ਼ਾ ਉਹ ਨਹੀਂ ਦਿੱਤੀ ਜਾਵੇਗੀ ਠੀਕ ਹੈ ਤਾਂ ਆਰਟੀਕਲ ਨੰਬਰ 20 20 ਦੇ ਤਹਿਤ ਤੁਹਾਨੂੰ ਇਹ ਅਧਿਕਾਰ ਤੁਹਾਨੂੰ ਮਿਲੇ ਹੋਏ ਨੇ ਆਰਟੀਕਲ ਨੰਬਰ 16 ਕਹਿੰਦਾ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਘੱਟ ਗਿਣਤੀਆਂ ਨੂੰ ਆਪਣੀ ਪਸੰਦ ਦੇ ਵਿਦਿਅਕ ادارے ਦੀ ਸਥਾਪਨਾ ਅਤੇ ਸੰਚਾਲਨ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਤਾਂ ਤੁਹਾਨੂੰ ਪਤਾ ਹੈ ਵੀ ਜਿਹੜੇ ਸਾਡੇ ਘੱਟ ਗਿਣਤੀ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਤਾਂ ਧਰਮ ਦੇ ਆਧਾਰ ਤੇ ਹੁੰਦੇ ਨੇ ਤੇ ਇੱਕ ਭਾਸ਼ਾ ਦੇ ਆਧਾਰ ਤੇ ਹੁੰਦੇ ਨੇ ਇੱਕ ਲੈਂਗੁਏਜ ਦੇ ਆਧਾਰ ਤੇ ਇੱਕ ਧਰਮ ਦੇ ਆਧਾਰ ਤੇ ਠੀਕ ਹੈ ਜਿਹੜਾ ਧਰਮ ਗਿਣਤੀ ਦੇ ਵਿੱਚ ਘੱਟ ਹੈ ਜਾਂ ਜਿਹੜੀ ਭਾਸ਼ਾ ਘੱਟ ਬੋਲੀ ਜਾਂਦੀ ਹੈ ਉਹਨੂੰ ਅਸੀਂ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀ ਮੰਨਦੇ ਆ ਤਾਂ ਇਹ ਕਿਨੂੰ ਕਿਨੂੰ ਮਿਲਿਆ ਹੈ ਜੀ ਇਹ ਧਰਮ ਦੇ ਆਧਾਰ ਤੇ ਭਾ 26 29 ਜਾਂ ਫਿਰ 30 ਤਾਂ ਆਰਟੀਕਲ 30 ਨੰਬਰ ਜਿਹੜਾ ਹੈਗਾ ਉਨਸ਼ੇਦ ਨੰਬਰ 30 ਜਿਹੜਾ ਕਾਫੀ ਇੰਪੋਰਟੈਂਟ ਕਈ ਵਾਰ ਪੇਪਰਾਂ 'ਚ ਪੁੱਛਿਆ ਜਾ ਚੁੱਕਿਆ ਹੈ ਯੂਟੂਪੀਸੀਐਸ 'ਚ ਪੁੱਛਿਆ ਗਿਆ ਹੋਰ ਪੰਜਾਬ ਦੇ ਬਹੁਤ ਸਾਰੇ ਪੇਪਰਾਂ 'ਚ ਪੁੱਛਿਆ ਗਿਆ ਕਵਸਟ ਨਹੀਂ ਤਾਂ ਆਰਟੀਕਲ 30 ਦੇ ਤਹਿਤ ਤੁਸੀਂ ਕੀ ਕਰ ਸਕਦੇ ਹੋਗੇ ਤੁਸੀਂ ਜਿਹੜੇ ਅਲਪਸੰਖਿਆਕ ਲੋਕ ਨੇ ਘੱਟ ਗਿਣਤੀ ਲੋਕ ਨੇ ਉਹ ਆਪਣੇ ਵਿਦਿਕ ਦਾਇਰਾ ਦੀ ਸਥਾਪਨਾ ਤੋਂ ਨਾਲ ਸੰਚਾਲਨ ਵੀ ਕਰ ਸਕਦੇ ਹਨ 17 ਨੰਬਰ ਆਰਟੀਕਲ ਕੀ ਕਹਿੰਦਾ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਬੱਚਿਆਂ ਦੇ ਸ਼ੋਸ਼ਣ ਦੇ ਵਿਰੁੱਧ ਮੌਲਿਕ ਅਧਿਕਾਰ ਨਾਲ ਸੰਬੰਧਿਤ ਹੈ ਤਾਂ ਸਾਨੂੰ ਜਿਹੜੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਨੇ ਆਰਟੀਕਲ ਨੰਬਰ 23 ਤੇ ਆਰਟੀਕਲ ਨੰਬਰ 24 ਤੱਕ ਮਿਲਦਾ ਹੈ ਇਹ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਗੱਲ ਕਰਦੇ ਆ ਪਰ ਬੱਚਿਆਂ ਨਾਲ ਸੰਬੰਧੀ ਸ਼ੋਸ਼ਣ ਜਿਹੜਾ ਉਹ ਆਰਟੀਕਲ 17 19 23 ਅਸਰ 24 ਦੇ ਵਿੱਚ ਹੈ ਦੇਖੋ ਦੋ ਆਰਟੀਕਲ ਆ ਗਏ ਇੱਥੇ ਤਾਂ ਬੱਚਿਆਂ ਨਾਲ ਸੰਬੰਧੀ ਜਿਹੜਾ ਹੈਗਾ ਜੀ ਉਹ ਹੈਗਾ ਜੀ ਆਰਟੀਕਲ ਨੰਬਰ 24 ਵੀ ਅਸੀਂ ਕਿਸੇ ਵੀ ਬਾਲਕ ਤੋਂ ਜਿਹੜਾ 14 ਸਾਲ 14 ਸਾਲ ਤੋਂ ਘੱਟ ਦਾ ਹੈ ਉਹ ਤੋਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਵਾ ਸਕ ਦੀ ਹੱਦ ਤੇ ਉੱਪਰ ਆ ਵੀ ਤੋਂ ਹੁੰਦੀ ਹੋਵੇ ਠੀਕ ਹੈ ਤਾਂ ਇਹਦਾ ਆਨਸਰ ਬੰਡਾ ਜੀ ਅਨੁਸ਼ੇਦ 24 17 ਦਾ 4 18 ਨੰਬਰ ਕੁਸਚਨ ਦੀ ਗੱਲ ਕਰਦੇ ਆ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਕਾਰਖਾਨਿਆਂ ਦੇ ਵਿੱਚ ਬੱਚਿਆਂ ਦੇ ਰੋਜ਼ਗਾਰ ਦੀ ਮਨਾਹੀ ਕਰਦਾ ਉਹਨਾਂ ਨੂੰ ਕਾਰਖਾਨੇ ਵਿੱਚ ਕੰਮ ਨਹੀਂ ਕਰਵਾ ਸਕਦੇ ਅਸੀਂ ਆਰਟੀਕਲ 19 17 23 ਤੇ 24 ਸਾਨੂੰ ਸਾਨੂੰ ਪਤਾ ਹੈ ਕਿ ਆਰਟੀਕਲ ਨੰਬਰ ਜਿਹੜਾ 24 ਹੈ ਇਹਦੇ ਤਹਿਤ ਬੱਚਿਆਂ ਨੂੰ ਤੁਸੀਂ ਕੋਈ ਵੀ ਅਜਿਹੇ ਕੰਮ ਨਹੀਂ ਕਰਵਾ ਸਕਦੇ ਜਿਹਦੇ ਨਾਲ ਬੱਚਿਆਂ ਦੀ ਫਿਜ਼ੀਕਲ ਉਹਦੀ ਮਾਨਸਿਕ ਸਿਹਤ ਨੂੰ ਉਹ ਕੰਮ ਪ੍ਰਭਾਵਿਤ ਕਰਦਾ ਹੋਵੇ ਤਾਂ ਆਰਟੀਕਲ ਨੰਬਰ 24 ਅਨਸਾਰ ਇਹਨਾਂ ਤੇ ਰੋਕ ਲਾਈ ਗਈ ਹੈ ਠੀਕ ਹੈ ਤੇ ਆ ਕਾਫੀ ਇੰਪੋਰਟੈਂਟ ਕੁਸਚਨ ਹੈ ਆਰਟੀਕਲ ਨੰਬਰ 19 ਕੀ ਕਹਿੰਦਾ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਵਸਥਾ ਕਰਦਾ ਹੈ ਤਾਂ ਆਰਟੀਕਲ 14 ਆਰਟੀਕਲ 19 ਆਰਟੀਕਲ 21 ਦੇ ਆਰਟੀਕਲ 22 ਠੀਕ ਹੈ ਤਾਂ ਸਾਨੂੰ ਪਤਾ ਹੈ ਜੀ ਇਹ ਵੀ ਆਰਟੀਕਲ ਨੰਬਰ 19 ਦੇ ਤਹਿਤ ਸਾਨੂੰ ਬੋਲਣ ਦੀ ਆਜ਼ਾਦੀ ਸਾਨੂੰ ਮਿਲੀ ਹੋਈ ਹੈ ਸਾਨੂੰ 6 ਪ੍ਰਕਾਰ ਦੇ ਅਧਿਕਾਰ ਸਾਡਾ ਅਧਿਕਾਰ ਇਹ ਪ੍ਰਦਾਨ ਕਰਦਾ ਹੈਗਾ ਜਿਹਦੇ ਤਹਿਤ ਆਰਟੀਕਲ ਨੰਬਰ 19 ਵੰਨ ਦੇ ਤਹਿਤ ਦੀ ਸਾਨੂੰ ਇਰਦੀ ਆਜ਼ਾਦੀ ਸਾਨੂੰ ਬੋਲਣ ਦੀ ਸੋਇ ਪ੍ਰਗਟਾਵੇ ਦੀ ਜਮ ਚਾਰ ਪ੍ਰਗਟ ਕਰਨ ਦੀ ਜਾਦੀ ਸਾਨੂੰ ਮਿਲਦੀ ਹੈ ਤੈਦਾ ਅਨਸਰ ਬਣੂਗਾ ਜੀ ਆਰਟੀਕਲ ਨੰਬਰ 19 20 ਆਰਟੀਕਲ ਕੀ ਕਹਿੰਦਾ ਹੈ ਭਾਰਤ ਵਿੱਚ ਅਖਬਾਰਾਂ ਦੀ ਆਜ਼ਾਦੀ ਸੰविधान ਦੇ ਅਨੁਸ਼ੇਦ 19 1 ਜਾਂ A ਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਦਾਨ ਕੀਤਾ ਗਿਆ ਹੈ ਅਲੱਗ ਦੌਰ ਤੇ ਦਿੱਤਾ ਗਿਆ ਇਹਨੂੰ ਸੰਵਿਧਾਨ ਦੇ ਅਨੁਸ਼ੇਦ 19 1 ਜਾਂ A ਦੇ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਤੈਤੀ ਇਹਨੂੰ ਦਰਜ ਕੀਤਾ ਗਿਆ ਹੈ ਇਸ ਸੰਵਿਧਾਨ ਦੀ ਧਾਰਾ 361 ਇਹਦੇ ਤਹਿਤ ਹੈ ਇਸ ਦੇਸ਼ ਵਿੱਚ ਕਾਨੂੰਨ ਦੇ ਲਾਜ ਲਾਗੂ ਹੋਣ ਤੋਂ ਬਾਅਦ ਪੈਦਾ ਹੁੰਦਾ ਨਹੀਂ ਠੀਕ ਹੈ ਸਾਨੂੰ ਉਹ ਲਾਸਟ ਕੁਸਚਨ ਦੇ ਵਿੱਚ ਵੀ ਆ ਗੱਲ ਕੀਤੀ ਸੀਗੀ ਵੀ ਸਾਨੂੰ ਆਰਟੀਕਲ ਨੰਬਰ 19ਏ ਦੇ ਤਹਿਤ ਹੀ ਪ੍ਰਕਟਾਪ ਦੀ ਇਜਾਜ਼ਤੀ ਮਿਲੀ ਤੇ ਉਸੇ ਤਹਿਤ ਹੀ ਸਾਨੂੰ ਜਿਹੜੇ ਸਾਰੀਆਂ ਅਖਬਾਰਾਂ ਨੇ ਜਿਹੜੀ ਪ੍ਰੈਸ ਦੀ ਇਜਾਜ਼ਤੀ ਹੈ ਸਾਨੂੰ ਆਰਟੀਕਲ ਨੰਬਰ 19ਏ ਦੇ ਤਹਿਤ ਹੀ ਮਿਲਦੀ ਹੁੰਦੀ ਹੈ ਤਾਂ ਇਹਦਾ ਆਨਸਰ ਬਣ ਰਿਹਾ ਸਾਨੂੰ ਆਰਟੀਕਲ ਨੰਬਰ 19ਏ ਦੇ ਤਹਿਤ 20 ਦਾ ਸੈਕੰਡ ਆਪਸ਼ਨ 21 ਦਾ ਸੁਪਰੀਮ ਕੋਰਟ ਦੇ ਹਕੂਮਤ ਦੁਆਰਾ ਨਿੱਜੀ ਇਮਾਰਤਾਂ ਉੱਪਰ ਕੌਮੀ ਚੰਡਲਾ ਰਹਾਉਣਾ ਡੈਸ਼ ਦੇ ਤਹਿਤ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਠੀਕ ਹੈ ਤੈਸੇ ਸੰਵਿਧਾਨ ਦੇ ਆਰਟੀਕਲ ਨੰਬਰ 14 ਆਰਟੀਕਲ 19 ਆਰਟੀਕਲ 21 ਤੇ ਆਰਟੀਕਲ ਨੰਬਰ 25 ਹੁਣ ਜਿਹੜਾ ਇਹ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ ਇਹ ਸਾਨੂੰ 2004 ਦੇ ਵਿੱਚ ਮਿਲਿਆ ਸੀਗਾ ਇਹ ਮਿਲਿਆ ਸੀਗਾ ਨਵੀਨ ਜਿੰਦਲ ਕੇਸ ਦੇ ਵਿੱਚ ਨਵੀਨ ਜਿੰਦਲ ਹਰਿਆਣੇ ਦੇ ਸੀਗੇ ਇਹ ਤੁਸੀਂ ਨਾਮ ਸੁਣੋਗਾ ਜਿੰਦਲ ਸਟੀਲ ਦਾ ਜਾਂ ਜਿੰਦਲ ਹਸਪੀਟਲ ਦਾ ਨਾਮ ਸੁਣੋਗਾ ਇਹਦੇ ਮਾਲਕ ਨੇ ਇਹ ਤੇ ਇਹਨਾਂ ਨੇ ਕੇਸ 깔ਾਇਆ ਸੀ ਜਿਹਦੇ ਕੇਸ ਦੇ ਵਿੱਚ ਜਿੱਤ ਹੋਣ ਤੋਂ ਬਾਅਦ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਸਾਨੂੰ ਝੰਡਾ ਲਹਿਰਾਉਣ ਦਾ ਅਧਿਕਾਰ ਹੋ ਮਿਲੇਗਾ ਤਾਂ ਉਹ ਕਿਹੜੇ ਆਰਟੀਕਲ ਦੇ ਤਹਿਤ ਮਿਲੇ ਸਾਨੂੰ ਉਹ ਆਰਟੀਕਲ ਨੰਬਰ 19 ਦੇ ਤਹਿਤ ਮਿਲੇ ਸਾਨੂੰ ਤਾਂ 21 ਨੰਬਰ ਦਾ ਜਿਹੜਾ ਕੁਸਚਨ ਦਾ ਅਨਸਰ ਮੰਨਦਾ ਉਹ ਮੰਨਦਾ ਸਾਡਾ ਸੈਕੰਡ ਅਨਸਰ ਅੱਗੇ ਦੇਖਦੇ ਹਾਂ ਜੀ 22 ਨੰਬਰ ਕੁਸਚਨ ਭਾਰਤ ਦੇ ਸੰਵਿਧਾਨ ਦੇ ਵਿੱਚ ਸੁਤੰਤਰਤਾ ਦੇ ਅਧਿਕਾਰ ਦੇ ਨਾਲ ਸੰਬੰਧਿਤ ਧਾਰਾ 19 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਲ ਨਹੀਂ ਹੈ ਤਾਂ ਸਾਨੂੰ ਪਤਾ ਵੀ 6 ਅਧਿਕਾਰ ਸਾਨੂੰ ਮਿਲਦੇ ਨੇ ਆਰਟੀਕਲ ਨੰਬਰ 19 ਤਹਿਤ ਭਾਰਤ ਦੇ ਰਾਜ ਖੇਤਰ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਦਾ ਅਧਿਕਾਰ ਸਾਨੂੰ ਮਿਲਦਾ ਬਿਲਕੁਲ ਮਿਲਦਾ ਹੈ ਜੀ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਬੰਧ ਕਰਨ ਦਾ ਘੱਟੋ ਘੱਟ ਘੱਟ ਗਿਣਤੀ ਅਧਿਕਾਰ ਤੇ ਸਾਨੂੰ ਮਿਲਦਾ ਜੀ ਆਰਟੀਕਲ ਨੰਬਰ 30 ਦੇ ਤਹਿਤ ਆ ਜੇਪਾ ਕੁਸਚਨ ਕਰ ਵੀ ਚੁੱਕੇ ਆ ਐਸੋਸੀਏਸ਼ਨ ਜਾਂ ਯੂਨੀਅਨ ਬਣਾਉਣ ਦਾ ਅਧਿਕਾਰ ਸਾਨੂੰ ਮਿਲਦਾ ਬਿਲਕੁਲ ਮਿਲਦਾ ਹੈ ਜੀ ਸ਼ਾਂਤੀਪੂਰਨ ਤੌਰ ਤੇ ਅਤੇ ਜੰਗ ਤੋਂ ਬਿਨਾ ਕਾਨਫਰੈਂਸ ਕਰਨ ਦਾ ਜਾਂ ਸਮੇਲਨ ਕਰਨ ਦਾ ਅਧਿਕਾਰ ਸਾਨੂੰ ਮਿਲਦਾ ਹੈ ਵੀ ਮਿਲਦਾ ਸਾਨੂੰ ਠੀਕ ਹੈ ਜੀ ਤਾਂ 1 3 ਤੇ 4 ਸਾਨੂੰ ਮਿਲਦੇ ਨੇ ਆਰਟੀਕਲ ਨੰਬਰ 2 ਇਹਦਾ ਆਨਸਰ ਬਣੂਗਾ ਸੌਰੀ 2 ਨੰਬਰ ਤੋਂ ਦੇ ਵਿੱਚੋਂ ਆਰਟੀਕਲ ਨੰਬਰ 30 ਦਾ ਜਿਹੜਾ ਸਾਨੂੰ ਉਹ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਤੇ ਪ੍ਰਬੰਧ ਕਰਨ ਦਾ ਅਧਿਕਾਰ ਸਾਨੂੰ ਨਹੀਂ ਮਿਲਦਾ ਹੈਗਾ ਤਾਂ 20 ਦਾ ਆਨਸਰ ਬਣ ਰਿਹਾ ਦੇਖੋ ਆਈ ਐਸ ਦਾ ਪੇਪਰ ਆਏਗਾ ਠੀਕ ਹੈ ਨੈਕਸਟ ਹੈ 23 ਨੰਬਰ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਵਿਧਾਨ ਦੀ ਧਾਰਾ 21 ਦੇ ਦਾਇਰੇ ਵਿੱਚ ਨਹੀਂ ਆਉਂਦਾ ਹੈ ਇੱਕ ਡਾਕਟਰ ਵੱਲੋਂ ਜ਼ਖਮੀ ਨੂੰ ਡਾਕਟਰੀ ਸਹਾਇਤਾ ਕੰਮ ਵਾਲੀ ਔਰਤ ਕੰਮ ਵਾਲੀ ਥਾਂ ਤੇ ਔਰਤਾਂ ਦਾ ਜਿੰਸੀ ਸ਼ੋਸ਼ਣ ਪਾਣੀ ਦੀ ਗੁਣਵੱਤਾ ਨੂੰ ਦੂਸ਼ਿਤ ਕਰਨਾ ਤੇ ਮੌਤ ਦੀ ਸਜ਼ਾ ਠੀਕ ਹੈ ਤਾਂ ਇਹਦੇ ਪਹਿਲੇ ਤਿੰਨ ਅਧਿਕਾਰ ਨਹੀਂ ਆਰਟੀਕਲ ਨੰਬਰ 21 ਦੇ ਤਹਿਤ ਸਾਨੂੰ ਮਿਲਦੇ ਨੇ ਬਹੁਤ ਸਾਰੇ ਅਧਿਕਾਰ ਸਾਨੂੰ ਮਿਲਦੇ ਨੇ ਠੀਕ ਹੈ ਮੌਤ ਦੀ ਸਜ਼ਾ ਦਾ ਅਧਿਕਾਰ ਸਾਨੂੰ ਇਹਦੇ ਵਿੱਚ ਨਹੀਂ ਮਿਲਦਾ ਹੈਗਾ ਤਾਂ ਆਰਟੀਕਲ ਨੰਬਰ 21 ਦੇ ਤਹਿਤ ਇਹਦਾ ਆਪਸ਼ਨ 1D ਬਣਦੀ ਹੈ ਜੀ 4 ਨੰਬਰ ਬਣਦੀ ਹੈ 24 ਕੁਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦੀ ਧਾਰਾ 40 ਠੀਕ ਹੈ ਰਾਜ ਨੂੰ ਸਾਰਥਕ ਕਦਮ ਚੁੱਕਣ ਦੀ ਸਲਾਹ ਦਿੰਦੀ ਹੈ ਕਿਸ ਮਾਮਲੇ ਦੇ ਵਿੱਚ ਸਮਾਨ ਯੂਨੀਵਰਸਲ ਸਿਵਲ ਕੋਡ ਦੇ ਵਿੱਚ ಗ್ರಾಮ ਪੰਚਾਇਤਾਂ ਦੇ ਸੰਗਠਨ ਦੇ ਵਿੱਚ ਨਗਰਪਾਲਿਕਾਵਾਂ ਦੇ ਗਠਨ ਦੇ ਵਿੱਚ ਹੈ ਮਜ਼ਦੂਰ ਵਾਲੇ ਗੁਜ਼ਾਰਾ ਪੱਤਾ ਤੇ ਮਜ਼ਦੂਰੀ ਸਬੰਧ ਵਿੱਚ ਹੈ ਠੀਕ ਹੈ ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਜਿਹੜਾ ਆਰਟੀਕਲ ਨੰਬਰ 40 ਹੈ ਆਰਟੀਕਲ ਨੰਬਰ 40 ਦੇ ਵਿੱਚ ಗ್ರಾಮ ਪੰਚਾਇਤਾਂ ਦੇ ਨਾਲ ਜੁੜਿਆ ਹੋਇਆ ਮਸਲਾ ਜਿਹੜਾ ਆਉਂਦਾ ਹੈਗਾ ਜਿਹਦੇ ਵਿੱਚ ਅ ಗ್ರಾಮ ਪੰਚਾਇਤਾਂ ਦੀ ਸਥਾਪਨਾ ਕਰਨੀ ਹੈ ਸਟੈਬਲਿਸ਼ਮੈਂਟ ਕਰਨੀ ਹੈ ਤੇ ਉਹਨਾਂ ਇਹ ਕਿਉਂ ਕਰਨੀ ਹੈ ਕਿਉਂਕਿ ਪਾਵਰਾਂ ਦਾ ਡੀਸੈਂਟਰਲਾਈਜ਼ੇਸ਼ਨ ਕੀਤਾ ਜਾ ਸਕੇ ਪਾਵਰਾਂ ਦਾ ਵਿਕੇਂਦਰੀਕਰਨ ਕੀਤਾ ਜਾ ਸਕੇ ਠੀਕ ਹੈ ਤਾਂ ਇਹ ਅਕੋਰਡਿੰਗ ਅਨਸਰ ਜਿਹੜਾ ਬਣੂਗਾ ਮਹਾਤਮਾ ਗਾਂਧੀ ਦਾ ਵਿਚਾਰ ਸੀ ਇਹ ਤਾਂ ਆਰਟੀਕਲ ਨੰਬਰ 43 ਗ੍ਰਾਮ ਪੰਚਾਇਤਾਂ ਦੇ ਸੰਗਠਨ ਦੇ ਪ੍ਰਬੰਧ ਦੇ ਵਿੱਚ ਇਹਦਾ ਆਪਸ਼ਨ ਆਊਗਾ ਜੀ 25 ਨੰਬਰ ਕੁਸਚਨ ਕੀ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਜੋੜਾ ਸਹੀ ਢੰਗ ਨਾਲ ਮੇਲ ਨਹੀਂ ਖਾਂਦਾ ਹੈ ਤਾਂ ਮਨੀ ਬਿਲ ਦਾ ਵਰਣਨ ਕੀਤਾ ਗਿਆ ਆਰਟੀਕਲ 110 ਬਿਲਕੁਲ ਠੀਕ ਹੈ ਰਾਜਾਂ ਦੇ ਵਿੱਚ ਰਾਸ਼ਟਰੀ ਸ਼ਾਸਨ ਨੂੰ ਲਾਗੂ ਕਰਨਾ ਆਰਟੀਕਲ ਨੰਬਰ 356 37 ਹੁੰਦਾ ਹੈ ਸਮਾਨ ਸਿਵਲ ਨਾਗਰਿਕ ਸੈਨਤਾ ਜਾਂ ਯੂਨੀਵਰਸਲ ਸਿਵਲ ਕੋਡ ਇਹਦਾ ਆਰਟੀਕਲ 44 ਦੇ ਤਹਿਤ ਵਰਣਨ ਕੀਤਾ ਗਿਆ ਹੈ ਨਿਆਂਇਕ ਕੋਨਾਂ ਦੇਖਣ ਦਾ ਅਧਿਕਾਰ 243 ਆਰਟੀਕਲ ਇਹ ਗਲਤ ਹੈ ਜੀ ਇਹ ਅਕੋਰਡਿੰਗ ਅਨਸਰ ਬਣੂਗਾ ਸਾਡਾ 3 ਕਿਉ ਕਿ ਪੰਚਾਇਤਾਂ ਦਾ ਗਠਨ ਕੀਤਾ ਜਾਂਦਾ ਇਹ ਕੁਆਡਿਕ ਅਨਸਰ ਹੈ ਬੰਦੇ ਹੱਡਾ ਉਹ 3 ਨੰਬਰ ਬੰਦੇ ਆ 26 ਕੁਐਸਚਨ ਦੇਖਦੇ ਆ ਅਸੀਂ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਰਾਜ ਨੂੰ ਕੰਮ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਣ ਲਈ ਪ੍ਰਭਾਵੀ ਪ੍ਰਬੰਧ ਕਰਨ ਦਾ ਅਧਿਕਾਰ ਜਿਹੜਾ ਦਿੰਦਾ ਹੈ ਠੀਕ ਹੈ ਕਿਹੜੇ ਆਰਟੀਕਲ ਤਹਿ ਦਸੀ ਰਾਜ ਨੂੰ ਕੰਮ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਣ ਦਾ ਪ੍ਰਭਾਵੀ ਜਿਹੜਾ ਪ੍ਰਬੰਧ ਕਰਨ ਦਾ ਅਧਿ ਨਿਦੇਸ਼ੰਦਾ ਆਰਟੀਕਲ ਨੰਬਰ 36 ਸੌਰੀ 16 86 ਨੰਬਰ ਆਰਟੀਕਲ ਆਰਟੀਕਲ ਨੰਬਰ 41 ਤੇ ਆਰਟੀਕਲ ਨੰਬਰ ਜਿਹੜਾ ਉਹ 43 ਹੈ ਠੀਕ ਹੈ ਜੀ ਤਾਂ ਇੱਥੇ ਕੰਮ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਣ ਦਾੜਾ ਪ੍ਰਭਾਵੀ ਹੈਗਾ ਤਾਂ ਆਰਟੀਕਲ ਦੇਖੋ ਆਈਐਸ ਦਾ ਕੁਐਸਚਨ ਪੁੱਛਿਆ ਗਿਆ ਠੀਕ ਹੈ ਤਾਂ ਜੇ ਤੁਸੀਂ ਇਹਨਾਂ ਕੁਐਸਚਨ ਨੂੰ ਹੱਲ ਕਰ ਲਏ ਨਾ ਤਾਂ ਮਤਲਬ ਫਿਰ ਤੁਹਾਡੇ ਵਾਸਤੇ ਕੋਈ ਵੀ ਜਿਹੜਾ ਪੇਪਰ ਹੈ ਉਹ ਮਤਲਬ ਇਜ਼ੀ ਹੋ ਜਾਏਗਾ ਉਹ ਔਖਾ ਨਹੀਂ ਹੋਵੇਗਾ ਤੁਹਾਡੇ ਵਾਸਤੇ ਕੋਈ ਵੀ ਇਸ ਕਰਕੇ ਇਹਨਾਂ ਕੁਐਸਚਨਸ ਨੂੰ ਮਿਸ ਨਾ ਕੀਤਾ ਜਾਵੇ ਤਾਂ ਇਹਦਾ ਆਨਸਰ ਜਿਹੜਾ ਬਣੂਗਾ ਜੀ ਇਹ ਬਣੂਗਾ ਜੀ ਆਰਟੀਕਲ ਨੰਬਰ 41 ਠੀਕ ਹੈ ਵੀ ਇਹ ਰਾਜ ਹੈ ਰਾਜ ਨੂੰ ਇਹ ਆਰਟੀਕਲ ਨਿਰਦੇਸ਼ ਦਿੰਦਾ ਹੈ ਇੱਕ ਵੀ ਉਹ ਜਿਹੜੇ ਕੰਮ ਕਰਨ ਦੇ ਜਿਹੜੇ ਅਧਿਕਾਰ ਨੇ ਲੋਕਾਂ ਦੇ ਉਹਨਾਂ ਨੂੰ ਭਰਾਵੀ ਟੱਕ ਨਾਲ ਲਾਗੂ ਕਰੇ ਨੈਕਸਟ ਹੈ ਜੀ ਆਰਟੀਕਲ ਨੰਬਰ ਅਗਲੇ ਆਰਟੀਕਲ ਬਾਰੇ ਗੱਲ ਕਰਨੇ ਆਸ ਕੁਸਚਨ ਬਾਰੇ ਗੱਲ ਕਰਦੇ ਆ 27 ਨੰਬਰ ਕੁਸਚਨ ਦੇਖੋ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਉਦਯੋਗ ਦੇ ਪ੍ਰਬੰਧਨ ਦੇ ਵਿੱਚ ਮਜ਼ਦੂਰ ਦੀ ਭਾਗੀਦਾਰੀ ਦੀ ਵਿਵਸਥਾ ਕਰਦਾ ਹੈ ਮਜ਼ਦੂਰਾਂ ਨੂੰ ਉਹਨਾਂ ਦੇ ਵਿੱਚ ਭਾਗੀਦਾਰੀ ਦੀ ਗੱਲ ਕਰਦਾ ਹੈਗਾ ਤਾਂ ਆਰਟੀਕਲ 43 43 ए 45 ਤੇ 47 ਤੇ ਇਹਦਾ ਆਨਸਰ ਆ ਹੋਰ ਹੀ ਆਰਟੀਕਲ ਨੰਬਰ 43 ए ਜਿਹਦੇ ਤਹਿਤ ਮਜ਼ਦ ਕਿਸੇ ਵੀ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇਹਨਾਂ ਨੂੰ ਨਿਰਦੇਸ਼ ਦਿੰਦਾ ਰਾਜਾਂ ਨੂੰ ਇੱਕ ਨਿਰਦੇਸ਼ ਦਿੰਦਾ ਵੀ ਰਾਜ ਜਿਹੜਾ ਹੈਗਾ ਇਹ ਤੈਅ ਕਰੇ ਕਿ ਮਜ਼ਦੂਰਾਂ ਨੂੰ ਵੀ ਕਿਸੇ ਵੀ ਉਦਯੋਗਾਂ ਦੀ ਮੈਨੇਜਮੈਂਟ ਦੇ ਵਿੱਚ ਹਿੱਸਾ ਜਿਹੜਾ ਉਹ ਮਿਲ ਸਕੇ 28 ਨੰਬਰ ਕੁਸਚਨ ਦੇਖਦੇ ਆ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਧ ਭਾਰਤੀ ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ ਕਈ ਵਾਰ ਕੁਸਚਨ ਆ ਚੁੱਕਿਆ ਹੈ ਤਾਂ ਯੂਪੀ ਪੀਸੀਐਸ ਦਾ ਹੈ ਯੂਪੀਐਸਸੀ ਅਸਿਸਟੈਂਟ ਫੋਰੈਸਟ ਦਾ ਝਾਰਖੰਡ ਪੀਸ ਦੇ ਵਿੱਚ ਪੁੱਛਿਆ ਗਿਆ ਅਨੁਸ਼ੇਧ 580 ਦੇਖੋ ਇਹ ਤਾਂ ਹੁੰਦਾ ਹੀ ਨਾਗਾ 312 60 दे 51 ਠੀਕ ਹੈ ਤਾਂ ਜਿਹੜਾ ਸਾਡਾ ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਦਾ ਆਰਟੀਕਲ ਹੈ ਤਾਂ ਆਰਟੀਕਲ ਨੰਬਰ 51 ਤਾਂ ਇਹਦੇ ਤਹਿਤ ਸਾਨੂੰ ਅਧਿਕਾਰ ਮਿਲਦਾ ਹੈ ਇਹ 29 ਕੁਸਚਨ ਦੇਖਦੇ ਹਾਂ ਕੁਦਰਤੀ ਵਾਤਾਵਰਨ ਦੀ ਰੱਖਿਆ ਤੇ ਸੁਧਾਰ ਕਰਨਾ ਭਾਰਤ ਦੇ ਹਰ ਨਾਗਰਿਕ ਦਾ ਫਰਜ਼ ਹੋਵੇਗਾ ਇਹ ਕਥਨ ਭਾਰਤੀ ਸੰਵਿਧਾਨ ਦੇ ਕਿਸ ਅਨੁਸ਼ੇਦ ਦਾ ਹਵਾਲਾ ਦਿੱਤਾ ਗਿਆ ਹੈ ਦੇ ਵਿੱਚ ਤਾਂ ਆਰਟੀਕਲ 48 ਆਰਟੀਕਲ 51 ਆਰਟੀਕਲ 56 ਤੇ ਆਰਟੀਕਲ 21 ਠੀਕ ਹੈ ਤਾਂ ਸਾਨੂੰ ਪਤਾ ਹੈ ਵੀ ਆਰਟੀਕਲ 48 ਦੇ ਤਹਿਤ ਵਾਤਾਵਰਨ ਦੀ ਰੱਖਿਆ ਦਾ ਸਾਨੂੰ ਜਿਹੜਾ ਹੈਗਾ ਉਹ ਆਰਟੀਕਲ ਸਾਡਾ 48 ਜਿਹੜਾ ਉਹ ਡਾਇਰੈਕਸ਼ਨ ਦਿੰਦਾ ਕਿ ਇਹਨੂੰ ਦਿੰਦਾ ਸਟੇਟ ਨੂੰ ਦਿੰਦਾ ਵੀ ਉਹ ਵਾਦਾ ਵਰਨ ਨਹੀਂ ਰੱਖਿਆ ਕਰੇ 38 ਕੁਸਚਨ ਦੇਖਦੇ ਆਪਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਧਰਾਵਾਂ ਵਿੱਚੋਂ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਦੀ ਪ੍ਰਕਿਰਿਆ ਦਾ ਵਰਣਨ ਕੀਤਾ ਗਿਆ ਹੈ ਤਾਂ ਆਰਟੀਕਲ 53 161 74 ਤੇ 73 ਤਾਂ ਸਾਨੂੰ ਪਤਾ ਹੈ ਜੀ ਆਰਟੀਕਲ ਨੰਬਰ 61 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਦੇ ਉਪਰੀ ਇੰਪੀਚਮੈਂਟ ਲਾਈ ਜਾ ਸਕਦੀ ਜਿਹਨੂੰ ਅਸੀਂ ਮਹਾਦੋਸ਼ ਕਹਿੰਦੇ ਆ ਤਾਂ ਆਰਟੀਕਲ ਨੰਬਰ 61 ਬੰਧਿਤ ਹੈ ਤਾਂ 60 30 ਦਾ ਬਣੂਗਾ 61 ਅਨਸਰ 31 ਕੁਸਚਨ ਦੇਖਦੇ ਆਂ ਭਾਰਤੀ ਸੰਵਿਧਾਨ ਦੀ ਧਾਰਾ 249 ਇਸ ਨਾਲ ਸੰਬੰਧਿਤ ਹੈ ਕਈ ਵਾਰ ਕੁਸਚਨ ਬਣ ਚੁੱਕੇ ਹੈ ਪੇਪਰ ਦੇ ਵਿੱਚ ਪੀਟਟ ਆਦਿ ਵਗੈਰਾ ਦੇ ਵਿੱਚ ਵੀ ਇਹ ਹੈ ਭਾਰਤੀ ਸੰਵਿਧਾਨ ਦੀ ਧਾਰਾ 249 ਇਸ ਨਾਲ ਸੰਬੰਧਿਤ ਹੈ ਰਾਸ਼ਟਰਪਤੀ ਨੇ ਆਪਤਕਾਲੀ ਸ਼ਕਤੀਆਂ ਨਾਲ ਬਿਲਕੁਲ ਨਹੀਂ ਹੈਗਾ ਵੀ ਠੀਕ ਹੈ ਇਹ 200 352 ਤੋਂ ਲੈ ਕੇ 360 ਹੁੰਦਾ ਇਹਦੇ ਵਿੱਚ ਲੋਕ ਸਭਾ ਨੂੰ ਭੰਗ ਕਰਨਦਾ ਇਹ ਵੀ ਨਹੀਂ ਹੈਗਾ ਬਿਲਕੁਲ ਸੰਸਦੀ ਪ੍ਰਬੰਧਕੀ ਸ਼ਕਤੀਆਂ ਦੁਆਰਾ ਇਹਦੇ ਵਿੱਚ ਵੀ ਇਹ ਵੀ ਨਹੀਂ ਹੈਗਾ ਹਾਂਜੀ ਥੋੜੀ ਪ੍ਰੋਬਲਮ ਆਈ ਇਹਦੇ ਵਿੱਚ ਸੰਸਦ ਦੀ ਪ੍ਰਬੰਧਕੀ ਸ਼ਕਤੀਆਂ ਦੁਆਰਾ ਰਾਜ ਸੂਚੀ ਵਿੱਚ ਵਿਸ਼ਿਆਂ ਦੇ ਸਬੰਧ ਵਿੱਚ ਸੰਸਦ ਦੀਆਂ ਵਿਧਾਨਕ ਸ਼ਕਤੀਆਂ ਬਾਰੇ ਤਾਂ ਇਹਦਾ ਆਨਸਰ ਬਣੂਗਾ ਆਰਟੀਕਲ ਨੰਬਰ 249 ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ 249 ਆਰਟੀਕਲ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਰਾਜ ਸੂਚੀ ਦੇ ਵਿਸ਼ਿਆਂ ਦੇ ਸਬੰਧ ਵਿੱਚ ਹੁੰਦੀ ਹੈ ਇੱਥੇ ਰਾਜ ਸਭਾ ਨੂੰ ਇੱਕ ਪਾਵਰ ਮਿਲੀ ਹੋਈ ਹੈ ਸਪੈਸ਼ਲ ਪਾਵਰ ਮਿਲੀ ਹੋਈ ਹੈ ਜਿਸ ਦੇ ਤਹਿਤ ਰਾਜ ਸਭਾ ਕਿਸੇ ਵੀ ਰਾਜ ਸੂਚੀ ਦੇ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਐਲਾਨ ਕਰ ਸਕਦੀ ਹੈ ਰਾਸ਼ਟਰੀ ਮਾਤਰਾਦਲ ਆਨ ਕਰ ਸਕਦੀ ਹੈ ਤੇ ਪਾਵਰ ਸਬੰਧੀ ਤਾਂ ਰਾਜ ਸੂਚੀ ਦੇ ਵਿਸ਼ਿਆਂ ਦੇ ਵਿੱਚ ਸੰਸਦ ਦੀਆਂ ਵਿਧਾਨਕ ਸ਼ਕਤੀਆਂ ਦੇ ਨਾਲ 32 ਨੰਬਰ ਕੁਸਚਨ ਦੇਖਦੇ ਹਾਂ ਸੰਵਿਧਾਨ ਦੇ ਅਨੁਛੇਦ 371 ਦੇ ਤਹਿਤ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਂ ਜੰਮੂ ਕਸ਼ਮੀਰ ਲਈ ਹੈ ਮਹਾਰਾਸ਼ਟਰ ਤੇ ਗੁਜਰਾਤ ਲਈ ਹੈ ਨਾਗਾਲੈਂਡ ਤੇ ਆ ਆਂਧਰਾਪ੍ਰਦੇਸ਼ ਲਈ ਹੈ ਤਾਂ ਇਹਦਾ ਅਨਸਰ ਆਊਗਾ ਜੀ 2 ਮਹਾਰਾਸ਼ਟਰ ਅਤੇ 371 ਦੇ ਤਹਿਤ ਇਹ ਕੀਤੀ ਗਈ ਹੈ 370 ਦੇ ਤਹਿਤ ਜਿਹੜੀ ਕੀਤੀ ਗਈ ਸੀ ਉਹ ਕੀਤੀ ਗਈ ਸੀ ਜੰਮੂ ਕਸ਼ਮੀਰ ਲਈ 33 ਕੁਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦੀ ਧਾਰਾ 370 ਹੈ ਇੱਕ ਨਿਜਮਿਤ ਪ੍ਰਬੰਧ ਹੈ ਪਰਮਨੈਂਟ ਪ੍ਰਬੰਧ ਹੈ ਇੱਕ ਸਥਾਈ ਪ੍ਰਬੰਧ ਹੈ ਇੱਕ ਅਸਥਾਈ ਅਤੇ ਪਰਵਰਤਨਸ਼ੀਲ ਪ੍ਰਬੰਧ ਹੈ ਇੱਕ ਛੋਧਿਆ ਹੋਇਆ ਪ੍ਰਬੰਧ ਹੈ ਤੇ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਸਾਨੂੰ ਪਤਾ ਹੈ ਜੀ ਇਹ ਇੱਕ ਅਸਥਾਈ ਤੇ ਇੱਕ ਪਰਵਰਤਨਸ਼ੀਲ ਪ੍ਰਬੰਧ ਹੈ ਜਿਹਨੂੰ ਹਟਾ ਦਿੱਤਾ ਗਿਆ 2019 ਦੇ ਵਿੱਚ ਇੱਕ ਸਟੇਟ ਜਿਹੜੀ ਸੀਗੀ ਉਹਨੂੰ ਯੂਟੀ ਬਣਾ ਦਿੱਤਾ ਗਿਆ ਤਾਂ ਇਹਦਾ ਆਨਸਰ ਬਣੂਗਾ ਜੀ ਤਿੰਨ ਨੰਬਰ 30 ਨੰਬਰ ਕੁਸਚਨ ਦੇਖੋ ਕੀ ਕਹਿੰਦਾ ਜੀ ਭਾਰਤ ਦੇ ਸੰਵਿਧਾਨ ਦੇ ਹੇਲਿਕਮ ਚ ਕਿਹੜੀ ਧਰਮਾਂ ਵਿੱਚੋਂ ਕਿਸ ਦੇ ਅਨੁਸਾਰ ਹਰੇਕ ਰਾਜ ਦੀ ਕਾਰਜਕਾਰੀ ਸ਼ਕਤੀ ਦੇ ਵਰਤੋਂ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਸੰਘ ਦੀ ਕਾਰਜਕਾਰੀ ਸ਼ਕਤੀ ਦੇ ਵਰਤੋਂ ਵਿੱਚ ਰੁਕਾਵਟ ਜਾਂ ਪੱਖਪਤ ਨਾ ਹੋਵੇ ਠੀਕ ਹੈ ਤਾਂ ਇਹਦੇ ਵਿੱਚ ਕੀ ਹੈ ਵੀ ਇਹਦੇ ਵਿੱਚ ਇੰਟਰਫੀਰੈਂਸ ਨਾ ਕੀਤੀ ਜਾਵੇ ਤੇ ਬਾਕੀ ਅ ਵਿੱਚ ਕਾਰਜਪਾਲਿਕਾ ਸ਼ਕਤੀ ਉਹਦੀ ਪ੍ਰਭਾਵਿਤ ਨਾ ਹੋਵੇ ਕੇਂਦਰ ਦੀ ਤਾਂ ਆਰਟੀਕਲ 257 258 355 356 ਇਹਦਾ ਆਨਸਰ ਆਊਗਾ ਜੀ ਆਰਟੀਕਲ ਨੰਬਰ 257 ਦੇ ਅਨਸਾਰ ਵੀ ਰਾਜ ਕੋਈ ਵੀ ਇਹ ਜੇ ਕੰਮ ਨਾ ਕਰੇ ਜਿਹਦੇ ਨਾਲ ਕੇਂਦਰ ਦੀ ਕਾਰਜਪਾਲਿਕਾ ਸ਼ਕਤੀ ਦੇ ਵਿੱਚ ਕੋਈ ਵੀ ਰੁਕਾਵਟ ਜਿਹੜੀ ਉਹ ਪੈ ਜੇ 35 ਨੰਬਰ ਕੁਸਚਨ ਦੇਖਦੇ ਆਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਸ਼ਟ ਰਾਸ਼ਟਰੀ ਜਿਹੜੀ ਐਮਰਜੈਂਸੀ ਹੈ ਨੈਸ਼ਨਲ ਐਮਰਜੈਂਸੀ ਹੈ ਕਿਸ ਆਰਟੀਕਲ ਦੇ ਅਨੁਸਾਰ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਆਰਟੀਕਲ 352 370 371 ਤੇ 359 ਠੀਕ ਹੈ ਤਾਂ ਇਹ ਸਾਨੂੰ ਪਤਾ ਹੈ ਜੀ ਆਰਟੀਕਲ ਨੰਬਰ 352 ਦੇ ਅਨਸਾਰ ਜਿਹੜੀ ਹੈ ਉਹ ਜਿਹੜੀ ਹੈ ਰਾਸ਼ਟਰੀ ਐਮਰਜੈਂਸੀ ਨੈਸ਼ਨਲ ਪਤਨਕਲ ਜਿਹੜਾ ਕੋਸ਼ਿਸ਼ ਕੀਤਾ ਜਾ ਸਕਦਾ ਹੈਗਾ 36 ਨੰਬਰ ਕੁਸਚਨ ਦੇਖਦੇ ਆਂ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਸ਼ੇਦ ਦੇ ਤਹਿਤ ਰਾਜਪਾਲ ਨੂੰ ਵਿਧਾਨ ਸਭਾ ਦੀ ਛੁੱਟੀ ਦਰੋਂ ਆਰਡੀਨੈਂਸ ਜਾਰੀ ਕਰਨ ਦੀ ਕੋਸ਼ਿਸ਼ ਦੀ ਪਾਵਰ ਦਿੱਤੀ ਗਈ ਹੈ ਤਾਂ ਸਾਨੂੰ ਪਤਾ ਹੈ ਵੀ ਰਾਜਪਾਲ ਨੂੰ ਕਦ ਮਿਲੀ ਹੈ ਜੀ 213 ਆਰਟੀਕਲ ਦੇ ਤਹਿਤ ਤੇ ਰਾਸ਼ਟਰਪਤੀ ਨੂੰ ਮਿਲਦੀ ਹੈ ਆਰਟੀਕਲ ਨੰਬਰ 123 ਦੇ ਤਹਿਤ ਤੇ ਕਾਫੀ ਇੰਪੋਰਟੈਂਟ ਹੈ ਇਹ ਤਾਂ ਇੱਥੇ ਆਪਾਂ ਦੇਖਦੇ ਆਂ 213 ਆਰਟੀਕਲ ਹੈਗਾ ਜੀ ਇੱਥੇ ਠੀਕ ਹੈ ਤਾਂ ਆਨਸਰ ਬਣ ਜੂਗਾ 4 ਨੰਬਰ 213 ਅ 37 ਨੰਬਰ ਕੁਸਚਨ ਬਿਲਕੁਲ ਸਿੰਪਲ ਹੈ ਭਾਰਤੀ ਸੰਵਿਧਾਨ ਦੀਆਂ ਕਿੰਨੀਆਂ ਸੂਚੀਆਂ ਹਨ ਤਾਂ 8 ਨੇਗੀਆਂ ਮੂ ਹੁਣ ਕਿੰਨਿਆਂ ਨੇ 10 ਨੇ 12 ਨੇ ਜਾਂ 15 ਨੇ ਤਾਂ ਸਾਨੂੰ ਪਤਾ ਹੈ ਜੀ ਇਹ ਹੁਣ ਸਾਡੀ ਕਿੰਨੀਆਂ ਸੂਚੀਆਂ ਨੇ ਜਾਂ ਕਿੰਨੇ ਸ਼ੈਡਿਊਲ ਨੇ ਸਾਡੇ ਇਹ ਇਹ 12 ਸ਼ੈਡਿਊਲ ਨੇ 38 ਨੰਬਰ ਕੋਸਟ ਦੇਖਦੇ ਆਂ ਸਿਧਾਂਤ ਦੀ ਦੂਸਰੀ ਸੂਚੀ ਕਿਸ ਨਾਲ ਸੰਬੰਧਿਤ ਹੈ ਮੱਤਵਰਣ ਅਧਿਕਾਰੀਆਂ ਦੀ ਤਨਖਾਹ ਦੇ ਨਾਲ ਸੌਂ ਦੇ ਨਾਲ ਰਾਜ ਸਭਾ ਵਿੱਚ ਨੁਮਾਇੰਦਗੀ ਦੇ ਨਾਲ ਜਾਂ ਫਿਰ ਭਾਸ਼ਾ ਦੇ ਨਾਲ ਤਾਂ ਇਹ ਮੱਤਵਰਣ ਅਧਿਕਾਰੀ ਜਿੰਨੇ ਵੀ ਚਾਹੇ ਸਾਡੀ ਜਿਹੜੀ ਸੰਵਧਾਨਿਕ ਅਧਿਕਾਰੀ ਨੇ ਉਹਨਾਂ ਦੀ ਤਨਖਾਹ ਵੇਤਨ ਭੱਤੇ ਨਾਲ ਸੰਬੰਧਿਤ ਹੈ ਤਾਂ ਆਰਟੀਕਲ ਨੰਬਰ ਸੌਰੀ ਅਨੁਸੂਚੀ ਨੰਬਰ 2 ਦਾ ਸੰਬੰਧ ਮੱਤਵਰਣ ਅਧਿਕਾਰੀਆਂ ਦੀ ਤਨਖਾ 39 ਕੀ ਕਹਿੰਦਾ ਹੈ ਹਿੰਟ ਲਿਖੇ ਕਥਨਾ ਦੇ ਵਿਚਾਰ ਕਰੋ ਸੰਵਿਧਾਨ ਦੀ 7ਵੀਂ ਅਨੁਸੂਚੀ ਕੇਂਦਰ ਅਤੇ ਰਾਜਾਂ ਵਿਚਕਾਰ ਕਾਨੂੰਨ ਬਣਾਉਣ ਦੀ ਸ਼ਕਤੀ ਨੂੰ ਵੰਡਦੀ ਹੈ 7ਵੀਂ ਅਨੁਸੂਚੀ ਕੇਂਦਰ ਤੇ ਰਾਜਾਂ ਵਿਚਕਾਰ ਕਾਨੂੰਨ ਬਣਾਉਣ ਦੀ ਸ਼ਕਤੀ ਨੂੰ ਵੰਡਦੀ ਹੈ ਬਿਲਕੁਲ ਸਹੀ ਹੈ ਭਾਈ ਠੀਕ ਹੈ ਸੰਵਿਧਾਨ ਦੀ 11ਵੀਂ ਅਨੁਸੂਚੀ ਪੰਚਾਇਤਾਂ ਨੂੰ ਸ਼ਕਤੀਕਰਨ ਸ਼ਕਤੀਕਰਨ ਦੇ ਨਾਲ ਸਵੰਧੀਤਾ ਬਿਲਕੁਲ ਸਹੀ ਹੈ ਠੀਕ ਹੈ 11ਵੀਂ ਜਿਹੜੀ ਅਨੁਸੂਚੀ ਆਈ ਸੀ ਤਾਂ ਇਹ ਸਾਨੂੰ ਪਤਾ ਹੈ ਵੀ 73 ਅਮੈਂਡਮੈਂਟ ਦੇ ਦੌਰਾਨ ਨੂੰ ਪਾਸ ਕੀਤਾ ਗਿਆ ਸੀ ਤਾਂ ਫਿਰ ਕਿਹੜੇ ਸਹੀ ਨੇ ਜੀ ਇਹਦੇ ਵਿੱਚੋਂ ਇਹਨਾਂ ਦੇ ਵਿਚਾਰ ਕਰਨਾ ਹੈ ਆਪਾਂ ਤਾਂ ਇੱਕ ਅਤੇ ਦੋ ਦੋਨੋਂ ਸਹੀ 1 ਅਤੇ 2 लास्ट ਕੁਸਚਨ ਆਪਾਂ ਦੇਖ ਰਹੇ ਹਾਂ ਭਾਰਤੀ ਸੰਵਿਧਾਨ ਦੀ 7ਵੀਂ ਸੂਚੀ ਦੀ ਕੇਂਦਰੀ ਸੂਚੀ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਵਿਸ਼ਾ ਸ਼ਾਮਲ ਹੈ ਖਾਣਾ ਅਤੇ ਤੇਲ ਖੇਤਰਾ ਵਿੱਚ ਮਜ਼ਦੂਰੀ ਅਤੇ ਸੁਰੱਖਿਆ ਦੇ ਲੇਬਰ ਰੈਗੂਲੇਸ਼ਨ ਦਾ ਨਿਯਮ ਹੈ ਖੇਤੀ ਮੱਛੀ ਪਾਲਣ ਤੇ ਜਨਤਕ ਸਿਹਤ ਹੁਣ ਸਾਨੂੰ ਪਤਾ ਵੀ ਇਹ ਜਿਹੜੇ ਤਿੰਨੇ ਵਿਸ਼ੇ ਨੇ ਇਹ ਰਾਜ ਸੂਚੀ ਦੇ ਵਿਸ਼ੇ ਨੇ ਤਿੰਨੇ ਵਿਸ਼ੇ ਰਾਜ ਸੂਚੀ ਦੇ ਵਿਸ਼ੇ ਨੇ ਠੀਕ ਹੈ ਤੇ ਜਿਹੜਾ ਖਾਣਾ ਜਿਹੜਾ ਸਬੰਧਿਤ ਹੁੰਦੀਆਂ ਨੇ ਕਿਹਦੇ ਨਾਲ ਹੁੰਦੀਆਂ ਨੇ ਇਹ ਇਹ ਤੇਲ ਖੇਤਰਾ ਵਿੱਚ ਮਜ਼ਦੂਰੀ ਅਤੇ ਸੁਰੱਖਿਆ ਦੇ ਜਿਹੜੇ ਲੇਬਰ ਨੇਸਮ ਨੇ ਕਿਹਦੇ ਵੱਲ ਬਣਾਏ ਇਹ ਹਾਈਐਸਟੀ 2006 ਦਾ ਕੁਸਚਨ ਹੈ ਇਹ ਤਾਂ ਇਹ ਬਣਾਏ ਨੇ ਕੇਂਦਰ ਸਰਕਾਰ ਵੱਲੋਂ ਸੰਘ ਸਰਕਾਰ ਵੱਲੋਂ ਤਾਂ ਇਹ ਸੰਘ ਸਰਕਾਰ ਦਾ ਵਿਸ਼ਾ ਹੈ ਜੀ ਇਹ ਕੇਂਦਰ ਸਰਕਾਰ ਦਾ ਬੱਚਾ ਵਿਸ਼ਾ ਹੈਗਾ ਤਾਂ ਇਹ ਸੀ ਟਾਪ 40 ਕੁਸਚਨ ਤੁਹਾਡੇ ਅਲੱਗ-ਅਲੱਗ ਇਮਤਿਹਾਨ ਦੇ ਲਈ ਠੀਕ ਹੈ ਤਾਂ ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਵੇ ਅੱਜ ਥੋੜੀ ਕਲਾਸ ਥੋੜੀ ਫਾਸਟ ਕੀਤੀ ਸੀ ਮੈਂ ਥੋੜੀ ਡਿਸਰਵੈਂਸੀ ਦੇ ਵਿੱਚ ਹੋਈ ਸੀ ਦੋਸਰੇ ਸੌਰੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਊਗੀ ਨੈਕਸਟ ਕਲਾਸ ਵਿੱਚ ਮਿਲਦੇ ਆਪਾਂ ਤਦ ਤੱਕ ਲਈ ਫਿਰ ਬਾਏ ਥੈਂਕ ਯੂ